ਕੀ ਨਾਂ ਕੀ ਤੇਰਾ? ਮੁਹੰਮਦ ਰਫੀਕ। ਕਿੰਨੇ ਪੈਸੇ? 50। ਇਹ ਕਿੰਨੀ ਉਮਰ ਹੋ ਗਈ ਇਹਦੀ? ਬੱਚਾ ਲੈ ਖੀਰਾ। ਤੇ ਨੰਬਰ ਹੈਗਾ ਤੇਰਾ? ਮੋਬਾਈਲ ਨੰਬਰ ਹੈਗਾ ਜੀ? ਦਸ ਨੰਬਰ ਦੱਸ। ਇੱਧਰ ਹੋ ਜਾ ਯਾਰ, ਤੇਰਾ ਥੋੜਾ ਜਿਹਾ ਵੀਰ। ਨੰਬਰ ਦੱਸ ਨੰਬਰ। ਉਹ ਬੇਟਾ ਜਦੋਂ ਕਿਸੇ ਨੇ ਲੈਣਾ ਹੋਵੇਗਾ, ਜੋ ਕਿਸੇ ਨੇ ਲੈਣਾ ਤੇ ਫਿਰ ਤੇਰੇ ਨਾਲ ਰਾਬਤਾ ਕਿਵੇਂ ਕਰੇਗਾ? ਉਹ ਰੇੜੀ ਤਾਂ ਖੜੀ ਹੈ, ਜਿਹਨੇ ਫੋਨ ਕਰਕੇ ਆਵਣਾ ਉਹ ਕਿਵੇਂ ਆਵੇਗਾ? ਹੈਲੋ ਜੀ, ਵਾਲਿਕੁਮ ਸਲਾਮ ਜੀ ਭਾਈ, ਜਲਦੀ ਜ਼ਰਾ ਬੋਲੋ। ਵੀਰ ਮੈਂ ਵੀਡੀਓ ਬਣਾ ਦਿਆ ਪਿਆ, ਠਹਿਰ ਕੇ ਕਾਲ ਕਰਿਆ, ਮਿਹਰਬਾਨੀ ਜੀ। ਐਡਰੈਸ ਯਾਦ ਹੀ ਜਿੱਥੋਂ ਆਇਆ? ਸ਼ੁਕਰ ਸ਼ੁਕਰ ਹੈ, ਮੈਂ ਕਿਹਾ ਸ਼ਾਇਦ ਘਰ ਦਾ ਐਡਰੈਸ ਭੁੱਲ ਗਿਆ ਮੈਂ। ਕਿੰਨੇ ਪੈਸੇ ਬਾਈ? 1,00,000। ਉਮਰ ਕਿੰਨੀ ਹੋ ਗਈ ਇਹਦੀ? 4 ਸਾਲ। 1,00,000 ਰੁਪਈਆ, ਠੀਕ ਹੈ। ਅੱਛਾ ਜੀ, ਇੱਧਰ ਲਿਆਓ ਉਧਰ। ਨੰਬਰ ਹੈਗਾ ਜੀ ਮੋਬਾਈਲ ਨੰਬਰ? ਦਸ ਨੰਬਰ। 0342 4 7 7। ਤੇ ਕਿਹੜੀ ਜਗ੍ਹਾ ਤੋਂ ਆਇਆ? 708। ਅੱਛਾ, ਥੋੜਾ ਜਿਹਾ ਖੋਤਾ ਨੂੰ ਉਹਨਾਂ ਟੋਰ ਕੇ ਤੇ ਲਿਆ। ਲਓ ਜੀ ਖੋਤਾ, ਤੇ ਤੁਸੀਂ ਦੇਖੋ ਕਾਫੀ ਹਾਈਟ ਹੈਗੀ ਜੇ। ਰੇੜੀ ਰੂੜੀ ਦੀ ਸਹੀ ਦੌੜਦਾ ਦੌੜਦਾ? ਅੱਛਾ, ਉਂਝ ਵੀ ਜੇ ਕੋਈ ਭਜਾਣ ਭਜੂਣ ਵਾਲਾ ਹੋਵੇ। ਅੱਛਾ, ਤੇ ਨਾਂ ਕੀ ਦੱਸਿਆ ਸੀ ਆਪਦਾ? ਪੀਰ ਹੁਸੈਨ। ਲਓ ਜੀ ਪੀਰ ਹੁਸੈਨ ਕੋਲੇ ਜਨਾਬ ਹੈ, ਫਕੀਰ ਹੁਸੈਨ, ਠੀਕ ਹੋ ਗਿਆ। ਹਾਂਜੀ, ਕਿੰਨੇ ਪੈਸੇ ਖੀਰੇ ਦੇ? ਕਿੰਨੇ ਪੈਸੇ? 90,000। ਲਓ ਜੀ 90,000 ਰੁਪਇਆ। ਨੰਬਰ ਹੈਗਾ ਜੀ ਕੋਈ? ਦੱਸ। ਹਾਂ, 70,20,26। ਕਿਹੜੀ ਜਗ੍ਹਾ ਤੋਂ ਆਇਆ? ਫੈਸਲਾਬਾਦ। ਲਓ ਜੀ ਫੈਸਲਾਬਾਦ ਤੋਂ ਆਇਆ ਜੇ। ਤੇ ਉਮਰ ਇਹਦੀ ਕਿੰਨੀ ਹੋ ਗਈ? ਬੱਚਾ ਖੀਰਾ, ਸਾਲ ਕਿਦਾ? ਤੇ ਲਓ ਵੀਰ ਜੀ, ਮਾਸ਼ਾ ਅੱਲਾ, ਹੋਰ ਤੁਹਾਨੂੰ ਦਿਖਾ ਨੇ ਆ, ਵੇਖੋ ਸਾਰੇ ਦੋਸਤ ਨੇ। ਆਜੋ ਆਓ ਇੱਥੇ ਲਿਆ। ਕੀ ਨਾਮ ਦਾ ਦੱਸ? ਖੋਤੇ ਦਾ ਤਮਰਾਂ ਨੂੰ ਕਰ। ਹਾਂ, ਇੱਥੇ ਤੋਂ। ਕਿੰਨੇ ਪੈਸੇ ਇਹਦੇ? 80,000 ਰੁਪਇਆ। ਤੇ ਉਮਰ ਕਿੰਨੀ ਇਹਦੀ? ਖੀਰਾ ਥੋੜਾ ਜਿਹਾ ਟੋਰ ਕੇ ਭਜਾ ਕੇ ਉਹਦਾ ਲਿਆਓ। ਹਾਂ, ਨੰਬਰ 0309 73 73 369 69। ਲਓ ਜਨਾਬ ਮਾਸ਼ਾਅੱਲਾ, ਤਾਂਦਲਾ ਜਨਾਬ, ਤਾਂਦਲਾ ਮੰਡੀ ਦਾ ਅਸੀਂ ਇਨਸ਼ਾਅੱਲਾ ਵਿਜ਼ਿਟ ਕਰ ਰਹੇ ਹਾਂ, ਤੇ ਮਾਸ਼ਾਅੱਲਾ ਤੁਹਾਨੂੰ ਅੱਛੀ ਨਸਲ ਦੇ ਜਿਹੜੇ ਡੋਂਕੀ ਨੇ ਉਹ ਤੁਹਾਨੂੰ ਦਿਖਾ ਰਹੇ ਹਾਂ। ਅਗਰ ਕਿਸੇ ਨੂੰ ਅਗਰ ਅੱਛਾ ਡੋਂਕੀ ਚਾਹੀਦਾ ਹੋਵੇ ਤੇ ਜਨਾਬ ਵਿਜ਼ਿਟ ਕਰਨਾ ਚਾਹੁੰਦੇ ਤੇ ਤਾਂਦਲਾ ਮੰਡੀ ਵਿਜ਼ਿਟ ਕਰੋ, ਤੇ ਜੇ ਅਗਰ ਡੋਂਕੀ ਤੁਸੀਂ ਦੇਖਣਾ ਚੈੱਕ ਕਰਨਾ ਤੇ ਜਨਾਬ ਇਹ ਡੋਂਕੀ ਤੁਹਾਡੇ ਸਾਹਮਣੇ, ਤੁਸੀਂ ਇਹਨਾਂ ਨੂੰ ਕਾਲ ਕਰਕੇ ਰੇਟ ਵਗੈਰਾ ਜਿਹੜਾ ਫਾਈਨਲ ਉਹ ਕਰ ਸਕਦੇ ਜੇ। ਤੇ ਸਾਡੀ ਵੀਡੀਓ ਅੱਛੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਜੇ। ਮਾਸ਼ਾਅੱਲਾ, ਹੋਰ ਤੁਹਾਨੂੰ ਜਾਨਵਰ ਅਸੀਂ ਦਿਖਾਉਂਦੇ ਹਾਂ, ਸਫੇਦ ਰੰਗ ਦੇ ਡੋਂਕੀ ਜਿਹੜੇ ਕਿ ਅੱਛੀ ਪ੍ਰਾਈਸ ਦੇ ਵਿੱਚ ਨੇ ਔਰ ਮਾਸ਼ਾਅੱਲਾ ਮੁਨਾਸਬ ਰੇਟ ਦੇ ਵਿੱਚ ਵੀ ਮਿਲ ਜਾਣਗੇ। ਤੁਸੀਂ ਸਾਡੀ ਵੀਡੀਓ ਕੋਲੋਂ ਫਾਇਦਾ ਚੁੱਕੋ। ਐਵੇਂ ਭੱਜਿਆ ਫਿਰ ਭੱਜਿਆ ਫਿਰ ਕਿੰਨੇ ਪੈਸੇ ਬੇਟੇ ਇਹਦੇ? 60,000 ਰੁਪਇਆ। ਤੂੰ ਤਾਂ ਪਰਾਂ ਹੋ ਜਾ। 60,000 ਰੁਪਇਆ ਜਨਾਬ ਇਸ ਖੋਤੇ ਦਾ। ਤੇ ਮਾਸ਼ਾਅੱਲਾ ਤੁਸੀਂ ਦੇਖੋ, ਇਹ ਵੀ ਖੋਤਾ ਫੋਰ ਸੇਲ ਹੈਗਾ ਜੀ। ਵੀਰ ਜੀ ਕਿੰਨੇ ਪੈਸੇ ਇਹਦੇ? 70,000 ਰੁਪਇਆ। ਤੇ ਕੋਈ ਨੰਬਰ ਆਪਣਾ? ਹਾਂਜੀ, ਨੰਬਰ 11। ਲਓ ਜੀ ਨੰਬਰ ਮੇਰਾ ਖਿਆਲ ਕੋਈ ਨਹੀਂ ਹੈਗਾ ਉਹਨਾਂ ਦੇ ਕੋਲੇ, ਜਾਂ ਦੇਣਾ ਨਹੀਂ ਚਾਹੁੰਦੇ। ਲਓ ਜਨਾਬ ਇੱਕ ਹੋਰ ਡੋਂਕੀ ਅਸੀਂ। ਉਹ ਬੇਟਾ ਕਿੰਨੇ ਦਾ ਦੇ ਰਿਹਾ? 55,000 ਰੁਪਇਆ। ਲਓ ਜੀ 55,000 ਰੁਪਇਆ। ਕਿੰਨੇ ਪੈਸੇ ਫਿਰ ਇੱਧਰ? ਕਿੰਨੇ ਪੈਸੇ?
75,000 रुपया। तो कोई नंबर नंबर है मोबाइल मोबाइल नंबर जनाब को नहीं है जी। 70,000 रुपया मांग रहा जी। तो माशाल्लाह हाँ जी किन्ने पैसे मांग रहा जी? 65,000 रुपया मांग रहे हैं। उम्र कितनी हो गई इनकी? उम्र खीरा हाले 65,000 रुपया। तो कोई राबता नंबर कोई कॉन्टैक्ट नंबर है जी? नंबर नंबर बोलो की है नंबर मोबाइल नंबर ते लो जनाब माशाल्लाह होर तुहानू दिखाने आले लोग जनाब इन्होंने पता नहीं है आस्ता 80,000 रुपया जनाब इस डॉकी का मंगता जे। तो वीडियो साड़ी अच्छी लगी हो तो लाइक शेयर जरूर करे जी। साड़े चैनल नू जनाब सब्सक्राइब करे जी। ज्यादा चाहने जनाब अल्लाह हाफिज़।